ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਤੇ ਦੁਪਹਿਰ 2 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਦਲੀਪ ਮਲਹੋਤਰਾ ਦੇ ਘਰ ਦੇ ਉੱਪਰ ਫਾਇਰਿੰਗ ਹੋਈ ਹੈ ਦਿੱਲੀ ਸਥਿਤ ਪੰਜਾਬੀ ਬਾਗ ਦੇ ਵਿੱਚ ਉਹਨਾਂ ਦਾ ਘਰ ਹੈ ਜਿੱਥੇ ਗੋਲੀਬਾਰੀ ਕੀਤੀ ਗਈ ਹੈ ਇਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਵਿਅਕਤੀ ਸ਼ਰਾਬ ਕਾਰੋਬਾਰੀ ਦੇ ਘਰ ਤੇ ਫਾਇਰਿੰਗ ਕਰ ਰਹੇ ਨੇ ਦੱਸਦੀ ਕਿ ਦਲੀਪ ਮਲੋਤਰਾ ਸਾਲ 2012 ਦੇ ਵਿੱਚ ਫਰੀਦਕੋਟ ਤੋਂ ਅਕਾਲੀ ਦਲ ਦੇ ਐਮਐਲਏ ਵੀ ਰਹਿ ਚੁੱਕੇ ਹੈ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਵਿੱਚ ਸ਼ਰਾਬ ਕਾਰੋਬਾਰੀ ਦਲੀਪ ਮਲੋਤਰਾ ਦੇ ਠੇਕਿਆਂ ਨੂੰ ਵੀ ਅੱਗ ਲਗਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਠੇਕਿਆਂ ਨੂੰ ਅੱਗ ਲਗਾਉਣ ਵਾਲਿਆਂ ਨੂੰ ਕਾਬੂ ਕਰ ਲਿਆ ਸੀ ਤਾਂ ਹੁਣ ਇਸ ਵਾਰਦਾ ਦੇ ਪਿੱਛੇ ਦੱਸਿਆ ਗਿਆ ਸੀ ਕਿ ਗੋਲਡੀ ਬਰਾੜ ਦਾ ਹੱਥ ਹੈ ਹੁਣ ਦਿੱਲੀ ਦੇ ਵਿੱਚ ਜੋ ਫਾਇਰਿੰਗ ਹੋਈ ਹੈ ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਫੁਟੇਜ ਔਰ ਉਹਨਾਂ ਹਮਲਾਵਰਾਂ ਦੀ شناخت ਦੇ ਵਿੱਚ ਜੁੜ ਚੁੱਕੀ ਹੈ ਉਧਰ ਬਠਿੰਡਾ ਦੇ ਵਿੱਚ ਪੁਲਿਸ ਤੇ ਲੁਟੇਰਿਆਂ ਵਿਚਾਲੇ ਮੁਕਾਬਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਅੱਜ ਸਵੇਰੇ ਤੜਕੇ ਬਠਿੰਡਾ ਦੇ ਮਾਨਸਾ ਰੋਡ ਦੇ ਉੱਪਰ ਜੋ ਇੰਡਸਟਰੀ ਹੈ ਇੰਡਸਟਰੀਅਲ ਏਰੀਆ ਇੱਥੇ ਪੁਲਿਸ ਤੇ ਲੁਟੇਰਿਆਂ ਵਿਚਾਲੇ ਮੁਕਾਬਲਾ ਹੋਇਆ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਔਰ ਲੁਟੇਰੇ ਜਿਹੜਾ ਲੁਟੇਰਾ ਇੱਕ ਸੀ ਇੱਥੇ ਔਰ ਉਸ ਦੀ ਇੱਥੇ ਲੁਕੇ ਹੋਣ ਦੀ ਜਾਂ ਇੱਥੇ ਮੌਜੂਦ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਸੀਆਈਏ ਸਟਾਫ 1 ਬਠਿੰਡਾ ਮੌਕੇ ਤੇ ਲੁਟੇਰੇ ਨੂੰ ਫੜਨ ਦੇ ਲਈ ਪਹੁੰਚਦਾ ਹੈ ਪੁਲਿਸ ਨੇ ਉਸ ਨੂੰ ਰੋਕਿਆ ਤਾਂ ਲੁਟੇਰੇ ਨੇ ਫਾਇਰ ਕਰਕੇ ਮੋਟਰਸਾਈਕਲ ਭਜਾ ਲਿਆ ਇਸ ਤੋਂ ਬਾਅਦ ਫਿਰ ਪੰਜਾਬ ਪੁਲਿਸ ਨੇ ਸੀਆਈ ਸਟਾਫ ਨੇ ਉਸ ਦਾ ਪਿੱਛਾ ਕਰਦੇ ਹੋਏ ਲੱਤ ਤੇ ਗੋਲੀ ਮਾਰੀ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਇਸ ਲੁਟੇਰੇ ਤੋਂ ਇੱਕ ਦੇਸੀ ਕੱਟਾ ਵੀ ਬਰਾਮਦ ਹੋਇਆ ਪੰਜਾਬ ਪੁਲਿਸ ਨੇ ਸਿੱਖ ਫੋਰ ਜਸਟਿਸ ਦੇ ਨਾਲ ਜੁੜੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਿਨ੍ਹਾਂ ਨੇ ਖਾਲਿਸਤਾਨੀ ਪੱਖੀ ਨਾਰੇ ਲਿਖੇ ਹੋਏ ਨੇ ਇਹਨਾਂ ਦੀ ਪਛਾਣ ਜਿਹੜੀ ਹੈ ਹਰਮਨਪ੍ਰੀਤ ਸਿੰਘ ਤੇ ਲਵਦੀਪ ਸਿੰਘ ਵਜੋਈ ਹੈ ਇਹ ਲੋਕ ਪੰਜਾਬ ਹਿਮਾਚਲ ਤੇ ਰਾਜਸਥਾਨ ਦੇ ਵਿੱਚ ਸਰਗਰਮ ਸੀ ਇਹਨਾਂ ਲੋਕਾਂ ਨੇ 에ਅਰ ਇੰਡੀਆ ਬਾਈਕਾਟ ਅਤੇ ਖਾਲਿਸਤਾਨ ਦੇ ਸਮਰਥਕਾਂ ਦੇ ਨਾਲ ਸੰਬੰਧ ਸੰਬੰਧਿਤ ਜਿਹੜੇ ਨਾਰੇ ਲਿਖ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪੰਜਾਬ ਪੁਲਿਸ ਕਾਫੀ ਸਮੇਂ ਤੋਂ ਇਹਨਾਂ ਦੀ ਭਾਲ ਦੇ ਵਿੱਚ ਜੁਟੀ ਹੋਈ ਸੀ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਪਿੱਛੇ ਜਿਹੜਾ ਹੈ ਵਿਦੇਸ਼ ਬੈਠੇ ਗੁਰਪਤਵੰਤ ਸਿੰਘ ਪੰਨੂ ਤੇ ਜਗਜੀਤ ਸਿੰਘ ਇਹ ਲੱਗੇ ਹੋਏ ਨੇ ਇਹਨਾਂ ਨੂੰ ਫੰਡਿੰਗ ਕਰਨ ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਜਿਹੜੇ ਵਿਅਕਤੀ ਹੈ ਸੋਸ਼ਲ ਮੀਡੀਆ ਰਾਹੀਂ ਆਪਣੇ ਹੈਂਡਲ ਹੈਂਡਲਰ ਦੇ ਨਾਲ ਜੁੜੇ ਹੋਏ ਸੀ ਤੇ ਨਾਲ ਹੀ ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਹਰ ਕਾਰਵਾਈ ਨੂੰ ਅੰਜਾਮ ਦੇ ਰਹੇ ਸੀ ਮਰਹੂਮ ਮੁੱਖ ਮੰਤਰੀ ਬਿੰਦ ਸਿੰਘ ਕਤਲ ਕਾਂਡ ਦੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜਾ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਜਿਠੀਆ ਮਿਲਣ ਦੇ ਲਈ ਕੇਂਦਰੀ ਜੀ ਜੇਲ ਪਟਿਆਲਾ ਪਹੁੰਚਦੇ ਨੇ ਪਰ ਉਹਨਾਂ ਨੂੰ ਜੇਲ ਪ੍ਰਸ਼ਾਸਨ ਵੱਲੋਂ ਭਾਈ ਰਾਜਵਾਨਾ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਮਜੀਠੀਆ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਲੋੜਿੰਦੀ ਕਾਰਵਾਈ ਪੂਰੀ ਕਰਕੇ ਇੱਥੇ ਰਾਜਵਾਨਾ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੀ ਸੀ ਪਰ ਲੱਗਦਾ ਹੈ ਕਿ ਭਗਵੰਤ ਮਾਨ ਤੇ ਹੋਰਾਂ ਵੱਲੋਂ ਦਬਾਅ ਪੈਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਤੇ ਸਾਨੂੰ ਮਿਲਣ ਨਹੀਂ ਦਿੱਤਾ ਤਾਂ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੇਕਰ ਭੁਖ ਹੜਤਾਲ ਤੇ ਰਾਜਵਾਨਾ ਬੈਠ ਜਾਂਦੇ ਆ ਤਾਂ ਇਸ ਦੇ ਜ਼ਿੰਮੇਵਾਰ ਭਗਵੰਤ ਮਾਨ ਹੋਣਗੇ ਇਸ ਮੌਕੇ ਉਹਨਾਂ ਦੇ ਨਾਲ ਵਿਸ਼ਾ ਸਿੰਘ ਬਲਟੋਹਾ ਗੁਰਪ੍ਰੀਤ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਸਪਾਲ ਸਿੰਘ ਬਿੱਟੂ ਛੱਠਾ ਇੰਦਰਮੋਹਨ ਸਿੰਘ ਬਾਜਾਜ ਕਾਉਂਸਲਰ ਪਰਮਜੀਤ ਸਿੰਘ ਪੰਮਾ ਇਹ ਸਾਰੇ ਨਾਲ ਪਹੁੰਚੇ ਹੋਏ ਸੀ ਪਹਿਲੀ ਪਾਤਸ਼ਾਹੀ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਤੋਂ ਵਾਪਸ ਭਾਰਤ ਆ ਗਿਆ ਇਹ ਜਿੱਥਾਂ ਕੁਮੰਤਰੀ ਅਟਾਰੀ ਵਾਗਾ ਸਰਹੱਦ ਰਾਹੀ ਯਾਨਕਿ ਸੜਕ ਰਾਹੀਂ ਇਹ ਵਤਨ ਵਾਪਸ ਪਰਤੇ ਆ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ਪੁਰ ਮਨਾ ਕੇ ਆਇ ਸ਼ਰਧਾਲੂਆਂ ਨੇ ਦੱਸਿਆ ਕਿ ਵਿਦੇਸ਼ਾਂ ਵਿੱਚੋਂ ਸ਼ਰਧਾਲੂ ਹਜ਼ਾਰਾਂ ਦੀ ਗਿਣਤੀ ਵਿੱਚ ਬਾਬਾ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਨਨਕਾਣਾ ਸਾਹਿਬ ਇਕੱਠੇ ਹੋਏ ਸੀ 10 ਦਿਨਾਂ ਦੇ ਵਿਜ਼ਿਟ ਤੇ ਗਏ ਪਾਕਿਸਤਾਨ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਦਿਹਾੜਾ ਮਨਾਉਣ ਹੋਰ ਵਕ ਵਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਜਿਹੜਾ ਹੈ ਅੱਜ ਵਾਪਸ ਪਰਤੇ ਐ ਤੇ ਇਸ ਦੌਰਾਨ ਜਿਹੜੀ ਜਗ੍ਹਾ ਤੇ ਵੀ ਉਹ ਧਾਰਮਿਕ ਸਥਾਨ ਤੇ ਪਹੁੰਚੇ ਐ ਪਾਕਿਸਤਾਨ ਵੱਲੋਂ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਤਾਮਿਲਨਾਡੂ ਦੇ ਡਿੰਡੀਗੁਲ ਦੇ ਵਿੱਚ 에어ਫੋਰਸ ਅਕੈਡਮੀ ਚ ਸਿਖਲਾਈ ਦੇ ਦੌਰਾਨ ਟ੍ਰੇਨਰ 에어ਕ੍ਰਾਫਟ ਜਹਾਜ਼ ਹਾਸਾਗ੍ਰਸਤ ਹੋ ਗਿਆ ਔਰ ਇਸ ਦੌਰਾਨ ਦੋ ਪਾਇਲਟਾਂ ਦੀ ਵੀ ਮੌਤ ਹੋ ਚੁੱਕੀ ਹੈ 에어ਫੋਰਸ ਅਕੈਡਮੀ ਚ ਟ੍ਰੇਨਿੰਗ ਦੇ ਦੌਰਾਨ ਸਵੇਰੇ 8:55 ਮਿੰਟ ਤੇ ਜਹਾਜ਼ ਕਰੈਸ਼ ਹੋਇਆ ਪਾਇਲਟਾਂ ਵਿੱਚ ਇੱਕ ਟ੍ਰੇਨਰ ਤੇ ਇੱਕ ਜਿਹੜਾ ਹੈ ਇਨਸਟ੍ਰਕਟਰ ਸ਼ਾਮਲ ਸੀ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਹ ਜਾਣਕਾਰੀ ਭਾਰਤੀ ਹਵਾਈ ਫੌਜ ਨੇ ਸਾਂਝੀ ਕੀਤੀ ਹੈ 2 ਵਜੇ ਤੱਕ ਦੀਆਂ ਖਾਸ ਖਬਰਾਂ ਚ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ